ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਪਿਛਲੇ ਦਿਨਾਂ ਨਾਭਾ ਜੇਲ੍ਹ 'ਚ ਹੋਏ ਡੇਰਾ ਪ੍ਰੇਮੀ ਦੀ ਹੱਤਿਆ ਮਾਮਲੇ 'ਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਇਹ ਪੂਰੀ ਵਾਰਦਾਤ ਨੂੰ ਸਾਜਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਹੈ। ਰੰਧਾਵਾ ਅੱਜ ਲੁਧਿਆਣਾ ਦੌਰੇ 'ਤੇ ਆਏ ਹੋਏ ਸਨ ਅਤੇ ਉਹਨਾਂ ਵੱਲੋਂ ਇੱਕ ਸੂਬਾ ਪੱਧਰੀ ਸਮਾਗਮ 'ਚ ਸ਼ਿਰਕਤ ਕੀਤੀ ਗਈ, ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਮਾਮਲਾ ਬੜੀ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਇਸ ਮਾਮਲੇ ਦੀ ਜਾਂਚ ਡੂੰਘਾਈ ਨਾਲ ਕਰਵਾਈ ਜਾਵੇਗੀ। ਬੇਅਦਬੀ ਵਾਲੇ ਕਾਂਡ 'ਚ ਅਤੇ ਮੇਰਾ ਖਿਆਲ ਹੈ ਕਿ ਜੇ ਉਹਦੇ ਮਨ 'ਚ ਗੁੱਸਾ ਸੀ, ਉਹਨੇ ਇੱਕ ਇਹੋ ਜਿਹਾ ਕਲੂਪ ਖਤਮ ਕਰ ਦਿੱਤਾ। ਮੈਂ ਨਹੀਂ ਕਹਾਂਗਾ ਕਿ ਉਹਨੇ ਕੋਈ ਬਹੁਤ ਵੱਡਾ ਕੰਮ ਕੀਤਾ। ਇਹ ਜਿਹੜੀ ਬੇਅਦਬੀ ਦੀ ਜਿਹੜੇ ਮੇਨ ਐਕਿਊਜ਼ਡ ਸੀ ਮਹਿੰਦਰਪਾਲ ਬਿੱਟੂ, ਜਿਹਦੇ ਤੋਂ ਸਾਰਾ ਹੀ ਕੰਮ ਚੱਲ ਰਿਹਾ ਸੀ ਕਿ ਬੇਅਦਬੀ ਕਿੱਥੋਂ ਹੋਈ, ਕਿਵੇਂ ਚੱਲੀ, ਇਹ ਬੜੀ ਵੱਡੀ ਸਾਜਿਸ਼। ਮੈਂ ਕਹਾਂਗਾ ਕਿ ਉਹਨੂੰ ਖਤਮ ਕਰਨਾ ਜਾਂ ਉਹਦੇ 'ਤੇ ਅਟੈਕ ਕਰਨਾ, ਇਹ ਬੜੀ ਵੱਡੀ ਜਿਹੜੀ ਬੜੀ ਬੜੇ ਵੱਡੇ ਕੁਐਸਚਨ ਛੱਡ ਗਿਆ ਜਿਹੜੇ ਤੁਹਾਡੀ ਇਨਕੁਆਇਰੀ 'ਚ ਸਾਰੇ ਸਾਡੇ ਕੋਲ ਬਾਹਰ ਆਉਣਗੇ। ਵੇਖੋ, ਮੈਂ ਜਿਹੜੀ ਕੱਲ੍ਹ ਉੱਥੇ ਵਿਜ਼ਿਟ ਕਰਕੇ ਆਇਆ, ਉਹਨਾਂ ਕੋਲ ਮੈਂ ਪੁੱਛਿਆ ਜਿਹੜੇ ਪ੍ਰੇਮੀ ਸੀ, ਬਾਕੀ ਵੀ ADGP ਸਾਡੇ ਜੇਲ੍ਹ ਔਰ ਜਿਹੜੇ ਸੈਕਟਰੀ ਪ੍ਰਿੰਸੀਪਲ ਸੈਕਟਰੀ ਹੋਮ ਪ੍ਰਿਜ਼ਨ ਜਿਹੜੇ ਤਿੰਨਾਂ ਨੇ ਵਿਜ਼ਿਟ ਕੀਤੀ ਹੈ, ਉਹਨਾਂ 'ਚ ਜਿਹੜੀ ਕੋਈ ਇਹ ਇਨਫੋਰਮੇਸ਼ਨ ਲਈ ਗਈ ਆ ਉਹਦੇ 'ਚ ਇਹ ਹੈ ਕਿ ਕੋਈ ਪਲੈਨਡ ਨਹੀਂ ਸੀ, ਅਨਪਲੈਨਡ ਸੀਗਾ। ਉਹਨਾਂ ਦਾ ਜਿਹੜਾ ਰਸਤਾ ਐਕਚੁਅਲੀ ਜਿਹੜਾ ਇੱਕ ਸਾਈਡ ਤੋਂ ਜਾਣ ਵਾਲਾ ਸੀ, ਉਹਦੀ ਰਿਪੇਅਰ ਚੱਲ ਰਹੀ ਸੀ, ਟਾਈਲਾਂ ਲੱਗੀਆਂ ਸੀ ਉਹ ਕਮਰੇ 'ਚ, ਕਿਉਂਕਿ ਇਹਨਾਂ ਨੂੰ ਬਿਲਕੁਲ ਇੱਕੋ ਦਿਨ ਸੈਟਰਡੇ ਦੇ ਸੈਟਰਡੇ ਇਹਨਾਂ ਦੀ ਮੁਲਾਕਾਤ ਹੁੰਦੀ ਸੀ, ਔਰ ਡੇ ਜਿਹੜੀ 1 ਤੋਂ 2:30 ਵਜੇ ਤੱਕ। ਉਹਦੇ ਬਾਅਦ ਜਿਹੜਾ ਉਹ ਗਿਆ, ਜਿਹੜੇ ਇੱਕ ਜਿਹੜਾ ਅੰਦਰ ਸੀ ਪੈਸਕੋ ਵਾਲਾ ਉਹ ਨਾਲ ਚੱਲ ਪਿਆ, ਅਤੇ ਜਿਹੜਾ ਬਾਹਰ ਖੜ੍ਹਾ ਸੀ ਉਹਨੇ ਕਿਹਾ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ, ਵਾਪਸ ਚੱਲੋ। ਬਸ ਉਹ ਜਿਹੜਾ 1.5-2 ਮਿੰਟ ਦੇ ਵਿੱਚ ਜਿਹੜਾ ਸਾਰਾ ਕੁਝ ਇੰਸੀਡੈਂਟ ਹੋ ਗਿਆ, ਅਤੇ ਉਹਦੀ ਜਿਹੜੀ ਇਨਕੁਆਇਰੀ ਚੱਲ ਰਹੀ ਹੈ, ADGP ਜਿਹੜੇ ਜੇਲ੍ਹ ਨੇ ਉਹ ਕੱਲ੍ਹ ਤੱਕ ਰਿਪੋਰਟ ਜਿਹੜੀ ਸਾਰੀ ਸਬਮਿਟ ਕਰ ਦੇਣਗੇ। ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕੰਸਟਰਕਸ਼ਨ ਮਟੀਰੀਅਲ, ਇੱਟ ਜ਼ਰੂਰ ਮਾਰੀ ਹੈ ਜਿਹੜੀ ਕੰਸਟਰਕਸ਼ਨ ਚੱਲ ਰਹੀ ਆ, ਉਹ ਪਹਿਲਾਂ ਜਿਹੜਾ ਉਹਦੇ ਨਾਲ ਅਟੈਕ ਕੀਤਾ, ਅਤੇ ਬਾਕੀ ਜਿਹੜੀ ਰੋਡ ਸੀਗਾ ਉਹ ਲੱਗੀ ਆ, ਔਰ ਉਹ ਰੋਡ ਜਿਹੜੀ ਆ ਉਹ ਤੋੜੀ ਵੀ ਗਈ, ਉਹ ਮੈਂ ਦੇਖ ਕੇ ਆਇਆ। ਉਹ ਮੇਰੇ ਖਿਆਲ ਨਾਲ ਦੀ ਨਾਲ ਹੀ ਸਭ ਕੁਛ ਇਹ ਜਿਹੜਾ ਹੋ ਗਿਆ, ਅਤੇ ਉਹਦੇ 'ਚ ਉਹ ਮੈਂ ਦੇਖੀ ਆ ਵੀ ਜਿਹੜੀ ਰੋਡ ਟੁੱਟੀ ਆ ਉਹਨੂੰ ਆਪਾਂ ਜੇ ਇਹ ਕੀ ਹੈ ਕਿ ਕੋਈ ਚੀਜ਼ ਤੁਹਾਡੇ ਕੋਲ ਲਿਖਾ ਕੇ ਨਹੀਂ ਰੱਖਣੀ, ਉਹਦੇ 'ਚ ਰੋਡ ਤੋੜ ਕੇ ਉਹਦੇ ਜਿਹੜੀ ਮਾਰੀਆਂ 3 ਜਾਂ 4 ਰੋਡਜ਼ ਜਿਹੜੀਆਂ ਵੱਜੀਆਂ ਨੇ, ਜਿਹੜਾ ਨਾਲ ਦਾ ਸੀ ਉਹ ਬਚ ਗਿਆ, ਉਹਨੇ ਦੂਸਰੇ ਦੇ ਕੋਲ ਜਿਹੜਾ ਡੰਡਾ ਸੀਗਾ ਜਿਹੜਾ ਰੋਟੀ ਦੇ ਟਾਈਮ 'ਚ ਜਿਹੜੀ ਦਾਲ ਜਿਹਦੇ 'ਚ ਉਹਦੇ 'ਚ ਪਾ ਕੇ ਅਤੇ 2 ਫੜ ਕੇ ਲਿਆਉਂਦੇ ਨੇ, ਉਸ ਜਿਹੜਾ ਡੰਡਾ ਉੱਥੇ ਪਿਆ ਸੀ ਉਹਦੇ ਨਾਲ ਕੀਤਾ, ਉਹਨੇ ਆਪਣਾ ਅਟੈਕ ਰੋਕ ਲਿਆ, ਉਹਦੀ ਬਚਤ ਹੋ। ਰੰਧਾਵਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਕੋਲ ਸੁਵਿਧਾਵਾਂ ਦੀ ਵੱਡੀ ਕਮੀ ਹੈ ਅਤੇ ਉਹਨਾਂ ਕੋਲ ਨਾ ਤਾਂ ਆਧੁਨਿਕ ਹਥਿਆਰ ਨੇ ਅਤੇ ਨਾ ਹੀ ਕੈਦੀਆਂ ਨੂੰ ਕਾਬੂ ਕਰਨ ਦਾ ਕੋਈ ਤਰੀਕਾ, ਇਸ ਕਰਕੇ ਅਜਿਹੀਆਂ ਘਟਨਾਵਾਂ ਨਿੱਤ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਲ੍ਹ ਮੰਤਰੀ ਨੇ ਵੀ ਕਿਹਾ ਕਿ ਉਹ ਇਸ ਸੰਬੰਧੀ ਕੇਂਦਰ ਸਰਕਾਰ ਨੂੰ ਵੀ ਪੱਤਰ ਲਿਖ ਚੁੱਕੇ ਹਨ। ਮੈਂ ਇੱਕ ਚੀਜ਼ ਤੁਹਾਡੇ ਰਾਹੀਂ ਇੱਕ ਜ਼ਰੂਰ ਗੱਲ ਮੈਂ ਕਰਨੀ ਚਾਹਾਂਗਾ ਕਿ ਪੰਜਾਬ ਪੁਲਿਸ ਜਦੋਂ ਫੜ ਲੈਂਦੀ ਆ, ਤੁਸੀਂ ਵੀ ਪ੍ਰੈਸ ਵਾਲੇ ਬੜੀ ਵੱਡੀ ਫੋਟੋ ਲਾਉਂਦੇ ਕਿ ਇੰਨੇ ਗੁੰਡੇ ਫੜ ਕੇ ਜੇਲ੍ਹ 'ਚ ਬੰਦ ਕਰ ਦਿੱਤੇ ਗਏ, ਇਹੀ ਆਉਂਦੀ ਨਾ ਸਟੇਟਮੈਂਟ, ਅਤੇ ਜੇਲ੍ਹਾਂ ਦੇ ਵਿੱਚ ਜਿਵੇਂ ਪੰਜਾਬ ਪੁਲਿਸ ਦੀ ਮਾਡਰਨਾਈਜੇਸ਼ਨ ਜਾਂ ਉਹਨਾਂ ਲਈ ਖਰਚਾ ਜਾਂ ਪੈਸਾ ਆਉਂਦਾ, ਜੇਲ੍ਹ ਡਿਪਾਰਟਮੈਂਟ ਨੂੰ ਕੋਈ ਵੀ ਖਰਚਾ ਇਹਦੇ 'ਚੋਂ ਨਹੀਂ ਮਿਲਦਾ। ਇਸ ਲਈ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਕਈ ਵਾਰ ਲੈਟਰਸ ਲਿਖ ਸਕਿਆ, ਇਹਦੇ 'ਚ CM ਸਾਹਿਬ ਨੇ ਮੈਨੂੰ ਆ ਜਿਹੜੇ ਹਾਈ ਸਿਕਿਉਰਿਟੀ ਜ਼ੋਨ ਸੀਗੇ ਉਹਨਾਂ ਨੂੰ ਸਟਰੈਂਥਨ ਕਰ ਲਈ ਪੰਜਾਬ ਗਵਰਨਮੈਂਟ ਨੇ ਜਿਹੜਾ ਪੈਸਾ ਦਿੱਤਾ, ਉਹਦੇ 'ਚ ਹੁਣ ਫਿਰ ਮੈਨੂੰ ਉਹਨਾਂ ਨੇ ਵੈਪਨਸ ਖਰੀਦਣ ਲਈ ਵੀ ਮੈਨੂੰ ਪੈਸੇ ਦਿੱਤੇ। ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੇ ਕੋਲ ਸਫਿਸਟੀਕੇਟਡ ਵੈਪਨਸ ਵੀ ਹੈਨੀ ਸੀ, 3x3 ਜਿਹੜੀਆਂ ਰਾਈਫਲਸ ਨੇ ਉਹ ਸੀਗੀਆਂ, ਉਹ ਵੀ ਜਦੋਂ ਮੈਂ ਮਿਨਿਸਟਰ ਬਣਿਆ ਅਤੇ ਉਹ ਮੈਂ ਉੱਥੇ ਪ੍ਰੋਵਾਈਡ ਕਰਵਾਈਆਂ ਨੇ ਨਵੇਂ ਵੈਪਨਸ ਲਿਆਉਂਦੇ। ਜਿਸ ਦਿਨ ਇੰਸੀਡੈਂਟ ਹੋਇਆ ਫਰਾਈਡੇ ਨੂੰ, ਕੱਲ੍ਹ ਇੰਸੀਡੈਂਟ ਹੋਇਆ, ਫਰਾਈਡੇ ਨੂੰ ਸਾਡਾ ਉਹਨਾਂ ਦੇ ਨਾਲ ਐਗਰੀਮੈਂਟ ਹੋ ਗਿਆ ਕਿ 3 ਬਟਾਲੀਅਨ ਜਿਹੜੀਆਂ ਨੇ ਉਹ ਸਾਨੂੰ, ਉਹ 3 ਕੰਪਨੀਆਂ ਜਿਹੜੀਆਂ ਨੇ ਉਹ ਸਾਨੂੰ ਦੇ ਰਹੇ, 3 ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਡਿਪਲਾਈ ਕਰਾਂਗੇ। ਉੱਧਰ ਦੂਜੇ ਪਾਸੇ ਸਿੱਧੂ ਦੇ ਮਾਮਲੇ 'ਤੇ ਪੁੱਛਣ 'ਤੇ ਰੰਧਾਵਾ ਨੇ ਕਿਹਾ ਕਿ ਸਿੱਧੂ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰ ਨਾਲ ਕਾਂਗਰਸ ਦਾ ਪੁਰਾਣਾ ਸੰਬੰਧ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਜਲਦੀ ਉਹਨਾਂ ਨਾਲ ਪਾਰਟੀ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਣਗੇ। ਸਿੱਧੂ ਸਾਹਿਬ ਮਿਨਿਸਟਰ ਨੇ ਸਾਡੇ, ਮੇਰਾ ਛੋਟਾ ਭਰਾ ਆ, ਔਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹ ਸਾਡੀ 1-2 ਦਿਨ 'ਚ ਮੁੱਕ ਜਾਣਗੀਆਂ। ਸਿੱਧੂ ਸਾਹਿਬ ਹਮੇਸ਼ਾ ਪੁਰਾਣੇ ਕਾਂਗਰਸੀ ਨੇ, ਉਹਨਾਂ ਦਾ ਪਰਿਵਾਰ ਕਾਂਗਰਸੀ ਆ, ਔਰ ਇਹ ਚੀਜ਼ ਖਤਮ ਹੋ ਜਾਊ। ਦੂਜੀਆਂ ਪਾਰਟੀਆਂ ਜਿਹੜੇ ਆਪਣੀਆਂ ਜਮਾਨਤਾਂ ਨਹੀਂ ਬਚਾ ਸਕੇ ਤਾਂ ਉਹ ਸਿੱਧੂ ਨੂੰ ਕੀ ਕਹਿਣਗੇ। ਜਾਗਰਤੀ ਲੈਣ ਲਈ ਲੁਧਿਆਣਾ ਤੋਂ ਸੁਰਿੰਦਰ ਅਰੋੜਾ, ਸੋਨੀ ਦੀ ਰਿਪੋਰਟ।